ਇਟਸ ਯੂਅਰ ਬੋਡੀ ਹੋਰੀ ਬਾਬਾ। ਦੋਸਤੋ, ਜਿਵੇਂ ਆਪਾਂ ਜਾਣਦੇ ਹਾਂ, ਨਾਮਵਰ ਸਿੰਗਰ, ਰੈਪਰ ਤੇ ਮਿਊਜ਼ਿਕ ਡਾਇਰੈਕਟਰ ਹਨੀ ਸਿੰਘ ਪਿਛਲੇ ਕੁਝ ਸਮੇਂ ਦੌਰਾਨ ਆਪਣੀਆਂ ਸਿਹਤ ਸੰਬੰਧੀ ਪ੍ਰੋਬਲਮਸ ਕਾਰਨ ਕਾਫੀ ਸਮਾਂ ਮਿਊਜ਼ਿਕ ਤੇ ਫਿਲਮ ਇੰਡਸਟਰੀ ਤੋਂ ਦੂਰ ਰਹੇ ਤੇ ਉਹਨਾਂ ਦੇ ਫੈਨਸ ਨੂੰ ਉਹਨਾਂ ਦੀ ਬਹੁਤ ਜ਼ਿਆਦਾ ਉਡੀਕ ਸੀ ਕਿ ਉਹ ਕੋਈ ਨਾ ਕੋਈ ਵਧੀਆ ਗਾਣਾ ਲੈ ਕੇ ਆਉਣ। ਤੇ ਦੋਸਤੋ, ਕਾਫੀ ਸਮੇਂ ਬਾਅਦ ਹਨੀ ਸਿੰਘ ਇੱਕ ਗੀਤ ਲੈ ਕੇ ਹਾਜ਼ਰ ਹੋਏ ਜਿਸ ਦਾ ਨਾਮ ਹੈ ਮੱਖਣਾ, ਤੇ ਇਸ ਗੀਤ ਨੂੰ 200 ਮਿਲੀਅਨ ਵਾਰ ਹੁਣ ਤੱਕ ਯੂਟਿਊਬ ਤੇ ਵੇਖਿਆ ਜਾ ਚੁੱਕਿਆ। ਇਸ ਗੀਤ ਵਿੱਚ ਉਹਨਾਂ ਦਾ ਸਾਥ ਦਿੱਤਾ ਨੇਹਾ ਕੱਕੜ ਨੇ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਘੁਲਾਟੀ ਨੇ ਅਧਿਕਾਰਤ ਤੌਰ ਤੇ ਚਿੱਠੀ ਲਿਖਦਿਆਂ ਪੰਜਾਬ ਆਈਜੀ ਕ੍ਰਾਈਮ ਨੂੰ ਨੋਟਿਸ ਜਾਰੀ ਕੀਤਾ। ਤੇ ਦੋਸਤੋ, ਉਹਨਾਂ ਨੇ ਨੋਟਿਸ 'ਚ ਲਿਖਿਆ ਕਿ ਇਸ ਗੀਤ ਵਿੱਚ ਔਰਤਾਂ ਦੀ ਬੇਇੱਜ਼ਤੀ ਕੀਤੀ ਗਈ ਆ। ਦੋਵੇਂ ਸਿੰਗਰ ਅਤੇ 뮤직 ਕੰਪਨੀ ਖਿਲਾਫ ਰਾਜ ਮਹਿਲਾ ਕਮਿਸ਼ਨ ਐਕਟ 2001 ਤਹਿਤ ਮਾਮਲਾ ਦਰਜ ਕਰਕੇ 12 ਜੁਲਾਈ 2019 ਨੂੰ ਉਹਨਾਂ ਦੇ ਚੰਡੀਗੜ੍ਹ ਦਫ਼ਤਰ ਸਵੇਰੇ 11:30 ਵਜੇ ਇਹ ਜਾਣਕਾਰੀ ਪੁਲਿਸ ਦੇ ਉੱਚ ਅਧਿਕਾਰੀ ਦੇਣ ਕਿ ਉਹਨਾਂ ਨੇ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕੀ ਕੀਤੀ ਆ। ਕੁੱਲ ਮਿਲਾ ਕੇ ਦੋਸਤੋ, ਆਪਾਂ ਕਹਿ ਸਕਦੇ ਹਾਂ ਕਿ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਘੁਲਾਟੀ ਦੇ ਇਸ ਮਾਮਲੇ 'ਚ ਦਖਲ ਤੋਂ ਬਾਅਦ ਇਹ ਗੱਲ ਤੈਅ ਆ ਕਿ ਹਨੀ ਸਿੰਘ ਤੇ ਨੇਹਾ ਕੱਕੜ ਦੇ ਨਾਲ ਨਾਲ ਕੰਪਨੀ ਵੀ ਜਿੱਥੇ ਵਿਵਾਦਾਂ 'ਚ ਆ ਚੁੱਕੀ ਆ, ਉੱਥੇ ਹੀ ਆਉਣ ਵਾਲੇ ਦਿਨਾਂ 'ਚ ਇਹਨਾਂ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ। ਸੋ ਦੋਸਤੋ, ਜਿਵੇਂ ਆਪਾਂ ਜਾਣਦੇ ਹਾਂ ਕਿ ਪਹਿਲਾਂ ਵੀ ਹਨੀ ਸਿੰਘ ਆਪਣੇ ਕਈ ਗੀਤਾਂ ਕਰਕੇ ਵਿਵਾਦਾਂ ਵਿੱਚ ਘਿਰ ਚੁੱਕੇ ਆ, ਸੋ ਇਹ ਉਹਨਾਂ ਲਈ ਫਿਰ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ, ਕਿਉਂਕਿ ਉਹ ਕਾਫੀ ਲੰਬੇ ਸਮੇਂ ਬਾਅਦ ਇੱਕ ਗੀਤ ਲੈ ਕੇ ਆਏ ਸੀ ਤੇ ਉਹੀ ਗੀਤ ਉਹਨਾਂ ਦਾ ਵਿਵਾਦਾਂ ਵਿੱਚ ਆ ਗਿਆ। ਸੋ ਆਪਾਂ ਕਹਿ ਸਕਦੇ ਹਾਂ ਕਿ ਇਹ ਹਨੀ ਸਿੰਘ ਲਈ ਵੀ ਇੱਕ ਪਰੇਸ਼ਾਨੀ ਦਾ ਸਮਾਂ ਹੋਊਗਾ, ਕਿਉਂਕਿ ਇਸ ਤਰ੍ਹਾਂ ਉਹਨਾਂ ਦਾ ਗੀਤ ਵਿਵਾਦਾਂ ਵਿੱਚ ਆਉਣਾ ਉਹਨਾਂ ਲਈ ਵੱਡੀ ਸਮੱਸਿਆ ਹੋ ਸਕਦੀ ਆ। ਸੋ ਦੋਸਤੋ, ਤੁਸੀਂ ਇਸ ਵੀਡੀਓ ਹੇਠ ਕਮੈਂਟਾਂ ਵਿੱਚ ਹਨੀ ਸਿੰਘ ਦੇ ਗੀਤ ਮੱਖਣਾ ਬਾਰੇ ਆਪਣੀ ਰਾਏ ਜ਼ਰੂਰ ਦਿਓ ਕਿ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਗਿਆ ਉਹ ਠੀਕ ਆ ਜਾਂ ਗਲਤ ਆ, ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਤੁਸੀਂ ਆਪਣੇ ਵਿਚਾਰ ਵੀਡੀਓ ਹੇਠਾਂ ਕਮੈਂਟਾਂ ਵਿੱਚ ਜ਼ਰੂਰ ਦੇਣੇ ਆ। ਤੇ ਦੋਸਤੋ, ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਨਿਊਜ਼ ਬਾਰੇ ਜਾਣ ਸਕਣ, ਤੇ ਹੋਰ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ। ਸੋ ਜੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।